ਦੋਸਤੋ ਸਵਾਗਤ ਕਰਦੇ ਆਂ ਸਪਾਉਜ਼ ਓਪਨ ਵਰਪਰਮਨ ਦੇ ਬਾਰੇ ਗੱਲ ਕਰਾਂਗੇ ਸਪਾਉਜ਼ ਓਪਨ ਵਰਪਰਮਨ ਦੇ ਸਕਸੈਸ ਰੇਟ ਤੇ ਪ੍ਰੋਸੈਸਿੰਗ ਟਾਈਮ ਦੇ ਬਾਰੇ ਗੱਲ ਕਰਾਂਗੇ ਮਾਰਚ ਦੇ ਮਹੀਨੇ ਤੋਂ ਹੀ ਇੱਕ ਟਫ ਟਾਈਮ ਸਪਾਉਜ਼ ਓਪਨ ਵਰਪਰਮਨ ਦੇ ਐਪਲੀਕੈਂਟਸ ਦੇ ਉੱਪਰ ਚੱਲ ਰਿਹਾ ਰਿਫਿਊਜ਼ਲ ਰੇਟ ਨੂੰ ਇੱਕਦਮ ਹਾਈ ਕੀਤਾ ਗਿਆ ਤੇ 20 ਅਪ੍ਰੈਲ ਤੱਕ ਐਪਲੀਕੈਂਟਸ ਦੀ ਰਿਫਿਊਜ਼ਲ ਬਹੁਤ ਜ਼ਿਆਦਾ ਹਾਈ ਸੀ ਹਾਲਾਂਕਿ ਰਿਫਿਊਜ਼ਲ ਉਸ ਤੋਂ ਬਾਅਦ ਵੀ ਆਉਂਦੀ ਪਈ ਆ ਬਟ 20 April ਤੋਂ ਬਾਅਦ ਕੁਝ ਨਾ ਕੁਝ ਪੋਜ਼ਿਟਿਵ ਡਿਸੀਜਨ ਵੀ ਦੇਖਣ ਨੂੰ ਮਿਲੇ ਆ ਥੋੜਾ ਬਹੁਤ ਜਿਹੜਾ ਸਕਸੈਸ ਰੇਟ ਵੀ ਇਨਕਰੀਜ਼ ਹੋਇਆ ਸੋ ਸਾਡੀ ਹਮੇਸ਼ਾ ਤੋਂ ਕੋਸ਼ਿਸ਼ ਰਹਿੰਦੀ ਆ ਜਦੋਂ ਇਦਾਂ ਦਾ ਟਫ ਟਾਈਮ ਚੱਲਦਾ ਹੋਵੇ ਹੁਣ ਵੀਜ਼ਾ ਅਪਰੂਵਲ ਦੇਣੀ ਜਾਂ ਰਿਫਿਊਜ਼ਲ ਦੇਣੀ ਇਹ ਹਾਈ ਕਮਿਸ਼ਨ ਦੇ ਹੱਥ ਦੇ ਵਿੱਚ ਆ ਬਟ ਸਾਡੀ ਕੋਸ਼ਿਸ਼ ਰਹਿੰਦੀ ਹੈ ਇਸ ਟਾਫ ਟਾਈਮ ਦੇ ਵਿੱਚ ਜਿੰਨੀ ਹੋ ਸਕੇ ਐਪਲੀਕੈਂਟਸ ਦੀ ਸਪੋਰਟ ਕੀਤੀ ਜਾਵੇ ਸੋ ਜਦੋਂ ਕਿ ਰੀਸੈਂਟ ਸਕਸੈਸ ਸਟੋਰੀਜ਼ ਆਉਂਦੀ ਆ ਰੀਸੈਂਟ ਡਿਸੀਜਨ ਆਉਂਦੇ ਆ ਤਾਂ ਉਹਨਾਂ ਦੀ ਡਿਟੇਲ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਜ ਵੀ ਸਪਾਊਸ ਓਪਨ ਬਰ ਪਰਮਨ ਦੀ ਸਕਸੈਸ ਸਟੋਰੀ ਸਾਹਮਣੇ ਆਈ ਆ ਇੱਕ ਅਪਰੂਵਲ ਆਈ ਆ ਸੋ ਐਪਲੀਕੈਂਟ ਦੀ ਪ੍ਰੋਫਾਈਲ ਕਿੱਦਾਂ ਦੀ ਐਪਲੀਕੇਸ਼ਨ ਉਹਦੀ ਡਿਟੇਲ ਸਾਂਝੀ ਕਰਾਂਗੇ ਸਪਾਊਸ ਓਪਨ ਬਰ ਪਰਮਿਟਰ ਰਿਫਿਊਜ਼ ਹੋਣ ਤੋਂ ਬਾਅਦ ਕੀ ਆਪਸ਼ਨ ਐਪਲੀਕੈਂਟਸ ਦੇ ਕੋਲ ਆ ਉਸਦੇ ਬਾਰੇ ਗੱਲ ਕਰਾਂਗੇ ਸੋ ਸਭ ਤੋਂ ਪਹਿਲੀ ਅਗਰ ਗੱਲ ਕਰੀਏ ਰਸ਼ਵਿੰਦਰ ਸਿੰਘ ਦੀ ਐਪਲੀਕੇਸ਼ਨ ਜੋ ਕਿ ਸੁਨਾਮ ਪੰਜਾਬ ਦੇ ਰਹਿਣ ਵਾਲੇ ਆ ਰਸ਼ਵਿੰਦਰ ਦੇ ਸਪਾਊਸ ਕੈਨੇਡਾ ਦੇ ਵਿੱਚ ਫੁੱਲ ਟਾਈਮ ਸਟੂਡੈਂਟ ਹੈ ਮੈਰਿਜ ਡੇਟ 7 ਜੂਨ 2023 ਦੀ ਆ 8 ਸਾਲ ਦਾ ਇਹਨਾਂ ਦਾ ਏਜ ਗੈਪ ਆ ਤੇ 3 ਸਾਲ ਦਾ ਐਜੂਕੇਸ਼ਨ ਗੈਪ ਹੈ ਰਸ਼ਵਿੰਦਰ ਦੀ ਜਿਹੜੀ ਹਾਈएस्ट ਕੁਆਲੀਫਿਕੇਸ਼ਨ ਆ ਉਹ ਆਈਟੀ ਇਨ ਨੇ ਇਲੈਕਟ੍ਰੀਸ਼ੀਅਨ ਦੀ ਕੀਤੀ ਆ ਸੋ ਬਿਜ਼ਨਸ ਵੀ ਹੈ ਐਂਡ ਐਗਰੀਕਲਚਰ ਵੀ ਇਹ ਕਰਦੇ ਆ 25 ਨਵੰਬਰ ਨੂੰ ਇਹਨਾਂ ਦੀ ਐਪਲੀਕੇਸ਼ਨ ਸਬਮਿਟ ਹੋਈ ਸੀ 22 ਲੱਖ ਦੇ ਫੰਡ ਦੇ ਇਹਨਾਂ ਨੇ ਐਪਲੀਕੇਸ਼ਨ ਦੇ ਨਾਲ ਸ਼ੋ ਕੀਤੇ ਸੀਗੇ ਤੇ ਬਾਇਓਮੈਟ੍ਰਿਕ 1 ਦਸੰਬਰ ਨੂੰ ਹੋਏ ਸੀਗੇ ਮੈਡੀਕਲ 27 April 2024 ਨੂੰ ਜਿਹੜਾ ਇਹਨਾਂ ਦਾ ਪਾਸ ਹੋਇਆ ਸੀ ਸਹੀ 5 ਮਹੀਨਿਆਂ ਬਾਅਦ 29 April 2024 ਨੂੰ ਇਹਨਾਂ ਦੀ ਸਪਾਊਸ ਓਪਨ ਵਰਕਰ ਪਰਮਿਟ ਦੀ ਐਪਲੀਕੇਸ਼ਨ ਅਪਰੂਵ ਹੁੰਦੀ ਹੈ ਸੋ ਇਹ ਰੀਸੈਂਟ ਸਕਸੈਸ ਸਟੋਰੀਜ਼ ਨੇ ਹੁਣ ਅਗਰ ਐਪਲੀਕੈਂਟ ਜਿਨ੍ਹਾਂ ਦਾ ਸਪਾਊਸ ਓਪਨ ਵਰਕ ਪਰਮਿਟ ਰਿਫਿਊਜ਼ ਹੋ ਜਾਂਦਾ ਰਿਫਿਊਜ਼ਲ ਇੱਕ ਵਾਰ ਹਿੱਟ ਜ਼ਰੂਰ ਕਰਦੀ ਹੈ ਬਟ ਰਿਫਿਊਜ਼ਲ ਨੂੰ ਲੈ ਕੇ ਘਬਰਾਉਣਾ ਨਹੀਂ ਚਾਹੀਦਾ ਰਿਫਿਊਜ਼ਲ ਤੋਂ ਬਾਅਦ ਅਗਰ ਇਨਸਟੈਂਟ ਤੁਸੀਂ ਟਰੈਵਲ ਕਰਨ ਬਾਰੇ ਸੋਚ ਰਹੇ ਹੋ ਇੱਕ ਵਾਰ ਤੁਹਾਨੂੰ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਪਾਰਟਨਰ ਦੇ ਕੋਲ ਪਹੁੰਚ ਜਾਵੇ ਤਾਂ ਕੈਨੇਡਾ ਵਿਸਟਰ ਵੀਜ਼ਾ ਤੁਹਾਡੇ ਲਈ ਇੱਕ ਵਧੀਆ ਆਪਸ਼ਨ ਹੈ ਹੁਣ ਵਧੀਆ ਆਪਸ਼ਨ ਕਿਉਂ ਆ ਸਭ ਤੋਂ ਪਹਿਲਾਂ ਵਿਜ਼ਟਰ ਵੀਜ਼ਾ ਦਾ ਸਕਸੈਸ ਰੇਟ ਵਧੀਆ ਦੂਸਰਾ ਡਿਸੀਜਨ ਇਨਸਟੈਂਟ ਹੈ ਜਲਦੀ ਡਿਸੀਜਨ ਆ ਜਾਂਦਾ ਹੁਣ ਵਿਜ਼ਟਰ ਵੀਜ਼ਾ ਦੇ ਉੱਪਰ ਲੀਗਲੀ ਤੁਸੀਂ ਕੰਮ ਨਹੀਂ ਕਰ ਪਾਉਂਗੇ ਬਟ ਇੱਕ ਵਾਰ ਟ੍ਰੈਵਲ ਕਰਕੇ ਆਪਣੇ 파ਟਰਨਰ ਕੋਲ ਜਾ ਸਕਦੇ ਹੋ ਇਮੋਸ਼ਨਲੀ ਉਸ ਨੂੰ ਸਪੋਰਟ ਦੇ ਸਕਦੇ ਹੋ